ਸਤਿਕਾਲ ਜੀ, ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਅੱਜ ਵੀ ਅਸੀਂ ਇੱਥੇ ਪਿੰਡ ਦੇ ਗਰਾਊਂਡ ਵਿੱਚ ਆਏ ਹਾਂ ਅਤੇ ਇੱਥੇ ਛੋਟੀਆਂ ਛੋਟੀਆਂ ਗੇਮਾਂ ਜੀਆਂ ਖੇਲਾਂਗੇ ਅਤੇ ਦੇਖਦੇ ਹਾਂ ਅੱਜ ਕੌਣ ਜਿੱਤ ਪਾਉਂਦਾ। ਆਪਾਂ ਤਿੰਨ ਗੇਮਾਂ ਖੇਲਣੀਆਂ ਜੀ ਅੱਜ ਬੇਸਿਕਲੀ, ਅਤੇ ਅੱਜ ਥੋੜ੍ਹੇ ਜਿਹੇ ਰੂਲ ਆਪਾਂ ਚੇਂਜ ਕਰੇ ਹਾਂ। ਅਤੇ ਪਹਿਲੀ ਗੇਮ 'ਚ ਆਪਾਂ 7 ਪਾਰਟੀਸਪੈਂਟ ਹਾਂ, ਜਿਹੜੇ ਪਹਿਲੀ ਗੇਮ ਦੇ ਵਿੱਚ 2 ਬੰਦੇ ਐਲੀਮੀਨੇਟ ਹੋਣਗੇ, ਫਿਰ ਜਿਹੜੇ 5 ਰਹਿ ਜਾਣਗੇ ਉਹ ਦੂਜੀ ਗੇਮ 'ਚ ਜਾਣਗੇ। ਦੂਜੀ ਗੇਮ ਦੇ ਵਿੱਚੋਂ ਫਿਰ ਆਪਾਂ 2 ਫਾਈਨਲਿਸਟ ਕੱਢਾਂਗੇ, ਜਿਹੜੀ ਤੀਜੀ ਗੇਮ ਆ ਉਹਦੇ ਵਿੱਚ ਸਿਰਫ 2 ਜਣਿਆਂ ਦਾ ਮੁਕਾਬਲਾ ਹੋਊਗਾ ਅਤੇ ਦੇਖਦੇ ਜੀ ਕੌਣ ਜਿੱਤਦਾ। ਪਹਿਲੀ ਗੇਮ ਦੇ ਰੂਲ ਤੁਹਾਨੂੰ ਸਮਝਾ ਦਿੰਦੇ ਹਾਂ ਜੀ। ਉਹ ਤੁਸੀਂ ਦੇਖ ਸਕਦੇ ਹੋ ਟਾਪਾ ਰੱਖਿਆ, ਗੁਰਸ਼ਾਨ ਦੇ ਹੱਥ ਵਿੱਚ ਬਾਲਾਂ ਨੇ। ਹਰੇਕ ਪਲੇਅਰ ਨੂੰ 5 ਚਾਂਸ ਮਿਲਣਗੇ। ਟੌਪ 5 ਪਲੇਅਰ ਹੋਣਗੇ ਜਿਹੜੇ ਇਸ ਗੇਮ ਦੇ, ਉਹ ਨੈਕਸਟ ਗੇਮ ਵਿੱਚ ਜਾਣਗੇ ਅਤੇ 2 ਜਣੇ ਇਸ ਗੇਮ 'ਚੋਂ ਐਲੀਮੀਨੇਟ ਹੋ ਜਾਣਗੇ। ਫਿਰ ਦੇਖਦੇ ਹਾਂ ਜੀ, ਪਹਿਲੀ ਗੇਮ ਆਪਾਂ ਸ਼ੁਰੂ ਕਰਦੇ ਹਾਂ। ਕਰੀਏ ਬਾਈ ਸ਼ੁਰੂ। ਸਟਾਰਟ ਕਰ ਦੇ ਚੱਲ ਵੀਰੇ। ਕੀ ਲੱਗਦਾ ਮੇਰੇ ਵੀਰੇ? ਇੱਕ, ਦੋ, ਤਿੰਨ ਜਾਣੇ ਜੀਰੋ ਤੇ ਆ ਗਏ, ਫੇਰ ਤੇਰੇ ਚਾਂਸ ਹੈਗੇ। ਉਹ ਤੇਰਾ ਬਲਾ ਗਿਆ। ਦੋ ਤਾਂ ਉਹਦੇ ਬਾਰੇ ਵੱਜੇ ਕਿਨਾਰੀਆਂ। ਕਿੰਨਾ ਸਕੋਰ ਆ ਬਾਈ? 2। ਚੱਲ ਫਿਰ ਚੱਲ ਕਿੰਨੇ ਆ? ਚਲੋ ਜੀ, ਤੇ ਪਹਿਲੀ ਗੇਮ ਦਾ ਜਿਹੜਾ ਸਕੋਰ ਆ, ਸਭ ਤੋਂ ਵੱਧ ਸਕੋਰ ਮੇਰਾ ਹੀ ਰਿਹਾ ਸੀਗਾ, ਮੇਰੇ 4 ਸਕੋਰ ਰਿਹਾ ਸੀ। ਅਤੇ ਦੂਜੇ ਨੰਬਰ 'ਤੇ ਹਸਨਪ੍ਰੀਤ ਅਤੇ ਗੁਰਸ਼ਾਨ, ਇਹਨਾਂ ਦੋਨਾਂ ਦਾ ਸਕੋਰ ਇਕੁਅਲ ਸੀਗਾ, 3 ਸਕੋਰ ਸੀਗੇ ਇਹਨਾਂ ਦੇ। ਤੀਜੇ ਨੰਬਰ 'ਤੇ ਪਰਵਿੰਦਰ ਅਤੇ ਜੋਰਾਵਰ, ਇਹਨਾਂ ਦੋਹਾਂ ਦਾ ਸਕੋਰ 2-2 ਸੀਗਾ। ਅਤੇ ਹੁਣ ਅਸੀਂ ਨੈਕਸਟ ਗੇਮ ਆਪਣੀ ਸ਼ੁਰੂ ਕਰਦੇ ਹਾਂ। ਇਹਦੇ ਵਿੱਚੋਂ ਜਿਹੜੇ 2 ਬੰਦੇ ਜਾਣੀ ਜਿੱਤਣਗੇ ਉਹ ਫਾਈਨਲ 'ਚ ਜਾਣਗੇ, ਅਤੇ 3 ਜਣੇ ਇਸ ਗੇਮ 'ਚ ਐਲੀਮੀਨੇਟ ਹੋਣਗੇ। ਅਤੇ ਕਰਦੇ ਹਾਂ ਜੀ ਆਪਾਂ ਦੂਜੀ ਗੇਮ ਸਟਾਰਟ। ਅਤੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਜਿਹੜੀਆਂ ਪਿਛਲੀਆਂ 4-5 ਵੀਡੀਓਜ਼ ਬਣਾਈਆਂ ਨੇ ਉਹ ਸਾਰੀਆਂ ਆਪਾਂ ਪਿੰਡ ਵਿੱਚ ਬਣਾਈਆਂ ਸੀਗੀਆਂ, ਅਤੇ ਪਿੰਡ ਵਿੱਚ ਵੀਡੀਓਜ਼ ਸ਼ੂਟ ਕਰ ਰਹੇ ਹੋਈਏ ਅਤੇ ਆਪਾਂ ਬੁਲਟ ਨਾਲ ਵੀਡੀਓ ਵਿੱਚ ਲੈ ਕੇ ਆਈਏ, ਇਹ ਗੱਲ ਵਧੀਆ ਨਹੀਂ ਲੱਗਦੀ, ਹੈ ਨਾ? ਸੋ ਅੱਜ ਦੀ ਵੀਡੀਓ 'ਚ ਅਸੀਂ ਜਿਹੜੀਆਂ ਗੇਮਾਂ ਖੇਲਾਂਗੇ ਉਹ 'ਚ ਜਿਹੜੇ ਪਲੇਅਰ ਪਾਰਟੀਸਪੇਟ ਕਰ ਰਹੇ ਨੇ ਉਹਨਾਂ ਨੂੰ ਆਪਾਂ ਬੁਲਟ ਦੀ ਝੂਟੀ ਵੀ ਦੇਵਾਂਗੇ, ਅਤੇ ਨਾਲ ਨਾਲ ਆਪਾਂ ਜਿਹੜੀਆਂ ਆਪਣੀਆਂ ਗੇਮਸ ਨੇ ਉਹ ਵੀ ਖੇਲਾਂਗੇ।
ਸੋ ਵੀਡੀਓ 'ਚ ਅਖੀਰ ਤੱਕ ਜ਼ਰੂਰ ਬਣੇ ਰਹੋ। ਇਹ ਸਾਡਾ ਸੈਕਿੰਡ ਗੇਮ ਦਾ ਸੈਟਅਪ ਹੈ। ਸੈਕਿੰਡ ਗੇਮ ਵੀ ਬਹੁਤ ਸਿੰਪਲ ਹੈ। ਅਸੀਂ ਚੱਲਦੇ ਬੁਲਟ ਤੋਂ ਫੁੱਟਬਾਲ ਸਿੱਟਣੀ ਆ ਇਹਨਾਂ ਨਿਸ਼ਾਨਿਆਂ 'ਚ। ਜੇ ਫੁੱਟਬਾਲ ਟਾਰਗੇਟ 'ਤੇ ਜਾ ਕੇ ਰੁਕ ਗਈ ਫਿਰ ਪਲੇਅਰ ਨੂੰ ਪੁਆਇੰਟ ਮਿਲ ਜਾਣਗੇ ਅਤੇ ਇਸ ਗੇਮ ਦੇ ਵਿੱਚ ਜਿਹੜੇ ਦੋ ਪਲੇਅਰ ਜਿੱਤਣਗੇ ਉਹ ਫਾਈਨਲ 'ਚ ਜਾਣਗੇ। राउंड टू साडा कंप्लीट हो गया। उहदे विच जिवें तुसीं देख सकदे आ सिर्फ असीं दोहे बंदे आ जिहड़े स्कोर कर पाए आ, बाकी जणे अपने आप एलीमीनेट हो गए। तो हुण साडा फाइनल राउंड आ। इह राउंड भी बुलट ते ही चलूगा। बस थोड़ा जिहा की आ बुलट ते चलदे बुलट तों ही निशाने लाउणे आ आह बल्लां दे नाल, ते आह साडा टारगेट होऊगा। जिहड़ा मैक्सीमम स्कोर कर गया ते उह प्लेयर आ जिहड़ा उह विनर होऊगा अज दी वीडियो दा। ते देखदे आ हैरी वैसे लगभग हरेक वीडियो दे फाइनल च पहुँच जांदा ना, देखते अज भी यह अपनी रूटीन आ जी ना तोड़े अज भी मैं जिता दे तो वधिया गल। ਕਿੰਨੇ ਹੋ ਗਏ? ਉਹ ਸਾਈਡ ਵਾਲੀ ਚੱਕਿਆ ਆ।
ਸੋ ਫਾਈਨਲੀ ਸਾਡੀਆਂ ਤਿੰਨੇ ਗੇਮਾਂ ਕੰਪਲੀਟ ਹੋ ਗਈਆਂ। ਮੈਂ ਤੇ ਹੈਰੀ ਫਾਈਨਲਿਸਟ ਸੀਗੇ ਜਿਹੜੀ ਸਾਡੀ ਤੀਜੀ ਗੇਮ ਹੋਈ ਸੀ ਤੇ ਦੇਖਣ ਨੂੰ ਬੜੀ ਸੌਖੀ ਜੀ ਲੱਗ ਰਹੀ ਸੀ ਪਰ ਸਾਤੇ ਨਿਸ਼ਾਨੇ ਵੱਜੇ ਨਹੀਂ ਤੇ ਹੈਰੀ ਨੇ ਫਿਰ ਵੀ ਇੱਕ ਨਿਸ਼ਾਨਾ ਲਾਤਾ ਜਿਹਦੇ ਕਰਕੇ ਵਿਨਰ ਹੋ ਗਿਆ ਤੇ ਫਾਈਨਲੀ ਤਿੰਨ ਚਾਰ ਗੇਮਾਂ ਤੋਂ ਬਾਅਦ ਹੈਰੀ ਅੱਜ ਵਿਨਰ ਬਣੇ ਗਿਆ ਤੇ ਵਧਾਈਆਂ ਵੀਰੇ। ਥੈਂਕ ਯੂ ਸਰ। ਹਾਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀਆਂ ਵੀਡੀਓਜ਼ ਦੇ ਵਿੱਚ ਅਤੇ ਤਦ ਤੱਕ ਲਈ ਧੰਨਵਾਦ। ਥੈਂਕ ਯੂ।